पंजाब सरकार वालों पिंड दियां औरतां नूं आत्म निर्भर बनाउण दे लई सेल्फ हेल्प ग्रुप चलाए जा रहे ने, जिस तहत हलका लहरा दे पिंड मंडवी विखे दियां औरतां नूं भी इन्हां ग्रुपां तहत सरकार वालों वित्तीय सहायता तहत तेल कढ़न वालियां मशीनां ला के बाकमाल रोजगार चलाया होया। ओथे ही ग्रुप आगू रेखा राणी दे नाल जदों गलबात कीती गई तां उन्हां दस्सिया कि इस साल सेल्फ हेल्प ग्रुप तहत घर दे विच ही तेल कढ़न वाली मशीन लाई गई है, जिस तहत उन्हां वल्लों सरों नारियल ते बदाम दा तेल कढ़िया जांदा है ते जिस नूं पिंड दे नेड़ले पिंडां दे लोक बड़े ही चाअ दे नाल खरीददे ने। ਸਰ ਇਹ ਫੂਡ ਪ੍ਰੋਸੈਸਿੰਗ ਕੰਮ ਤੋਂ 14 ਮਈ 2022 ਹੁਣੇ ਕੀਤਾ ਅਤੇ ਆਪਣੇ ਐਨ ਆਰ ਐਲ ਐਮ ਤਹਿਤ ਗਰੁੱਪ ਬਣੇ ਸੀ 2017 'ਚ 2017 8ਵੇਂ ਮਹੀਨੇ 'ਚ। ਹਾਂਜੀ, ਜਦ ਮੈਂ ਗਰੁੱਪਾਂ ਨਾਲ ਜੁੜੀ ਮੇਰੇ ਗਰੁੱਪ ਦਾ ਨਾਮ ਬੀਬੀ ਬਣੀ ਹੈ। ਸਰ ਤੇਲ ਤੋਂ 6-7 ਤਰ੍ਹਾਂ ਦਾ ਤਿਆਰ ਹੁੰਦਾ ਸਰ, ਜਿਵੇਂ ਹੁਣ ਸਭ ਤੋਂ ਜ਼ਿਆਦਾ ਸਰ੍ਹੋਂ ਦਾ ਤੇਲ ਜਾ ਰਿਹਾ ਸਰ, 250 ਰੁਪਏ ਕਿਲੋ ਪਰ ਕੇ ਜੀ 250 ਸਰ। ਸਰ ਨਾਰੀਅਲ ਦਾ ਤੇਲ ਜਿਵੇਂ ਮੈਂ ਕੱਢਿਆ ਪਹਿਲਾਂ ਹੀ ਅਤੇ ਬਦਾਮ ਦਾ ਤੇਲ ਕੱਢਿਆ ਸਰ, ਮੈਂ ਖੁਦ 3 ਤਰ੍ਹਾਂ ਦੇ ਤੇਲ ਮਸ਼ੀਨ 'ਚ ਕੱਢ ਲਏ ਨੇ। ਨਾਰੀਅਲ ਦਾ ਵੀ ਵਿੱਚ ਸਰ ਤੇ ਬਦਾਮ ਦਾ ਵੀ ਤੇ ਸਰੋਂ ਦਾ ਤੇਲ ਡੇਲੀ ਜਾ ਰਿਹਾ ਸਰ। ਉਥੇ ਹੀ ਬੜੇ ਚਾਅ ਦੇ ਨਾਲ ਤੇਲ ਖਰੀਦਣ ਆਏ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਤੇਲ ਦੂਜੇ ਤੇਲਾਂ ਦੇ ਮੁਕਾਬਲੇ 25% ਘੱਟ ਲੱਗਦਾ। ਤੇਲ 'ਚ ਬਹੁਤ ਜ਼ਿਆਦਾ ਫਰਕ ਹੈ ਜੀ, ਬਹੁਤ ਵਧੀਆ ਹੋਰ ਤੇਲਾਂ ਨਾਲੋਂ। ਇਹ ਤੇਲ 'ਚ ਚਿਕਨਾਹਟ ਬਹੁਤ ਜ਼ਿਆਦਾ ਜੀ, ਜਿੱਥੇ ਹੋਰ ਤੇਲ ਜ਼ਿਆਦਾ ਲੱਗਦਾ ਇਹ ਥੋੜ੍ਹੇ ਘੱਟ 'ਚ ਯੂਜ਼ ਅਤੇ ਵਧੀਆ ਸਬਜ਼ੀ ਬਣ ਜਾਂਦੀ ਹੈ। ਔਰ ਮਤਲਬ ਆਪਾਂ ਸਕਿਨ 'ਤੇ ਵੀ ਕਿਸੇ ਵੀ ਤਰ੍ਹਾਂ ਇਹਨੂੰ ਯੂਜ਼ ਕਰ ਸਕਦੇ ਹਾਂ। ਠੰਡਾ ਤੇਲ ਜੀ, ਬਹੁਤ ਵਧੀਆ ਤੇਲ ਹੈ। ਜਦੋਂ ਤੋਂ ਆਹ ਮਸ਼ੀਨ ਇੱਥੇ ਚਾਲੂ ਹੋਈ ਹੈ ਜੀ, ਉਦੋਂ ਤੋਂ ਹੀ ਅਸੀਂ ਤੇਲ ਲੈ ਕੇ ਜਾ ਰਹੇ ਹਾਂ ਜੀ। ਬਹੁਤ ਵਧੀਆ ਤੇਲ ਹੈ, ਘਰੇ ਵਰਤਦੇ ਹਾਂ, ਬੱਚਿਆਂ ਦੇ ਸਿਰਾਂ 'ਚ ਵੀ ਲਾਉਂਦੇ ਹਾਂ, ਸਬਜ਼ੀਆਂ ਜਿਵੇਂ ਪਰੌਂਠੇ ਵਗੈਰਾ ਵਗੈਰਾ, ਬਹੁਤ ਵਧੀਆ ਤੇਲ ਹੈ ਜੀ। ਕਿੱਦਾਂ ਦਾ ਫਰਕ ਲੱਗ ਰਿਹਾ ਬਾਜ਼ਾਰ ਦੇ ਤੇਲ ਜੀ? ਜਿਹੜਾ ਬਾਜ਼ਾਰ 'ਚੋਂ ਲੈ ਕੇ ਆਉਂਦੇ ਹਾਂ ਉਹ 'ਚ ਚਿਕਨਾਹਟ ਨਹੀਂ ਹੈਗੀ, ਜਮਾਂ ਪਤਲਾ ਤੇਲ ਹੁੰਦਾ, ਮਿਲਾਵਟ ਵਾਲਾ, ਬਹੁਤ ਵਧੀਆ ਪਿਓਰ ਤੇਲ ਹੈ। ਇਸ ਬਾਰੇ ਡਿਪਟੀ ਕਮਿਸ਼ਨਰ ਸੰਗਰੂਰ ਦਾ ਕਹਿਣਾ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਸੁਪਨਾ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਾਇਆ ਜਾਵੇ, ਜਿਸ ਤਹਿਤ ਸੈਲਫ ਹੈਲਪ ਗਰੁੱਪਾਂ ਰਾਹੀਂ ਸਰਕਾਰ ਕਰਜ਼ਾ ਦਿੰਦੀ ਹੈ ਤਾਂ ਜੋ ਔਰਤਾਂ ਵੀ ਮਰਦਾਂ ਦੇ ਬਰਾਬਰ ਕਮਾਈ ਕਰ ਸਕਣ। ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੰਜਾਬ ਦੇ ਵਾਸਤੇ ਇੱਕ ਬੀੜਾ ਚੁੱਕਿਆ ਹੈ। ਉਹਨਾਂ ਦਾ ਇਹ ਸੁਪਨਾ ਹੈ, ਉਹਨਾਂ ਦੀ ਸੋਚ ਹੈ, ਉਹਨਾਂ ਦਾ ਵਿਜ਼ਨ ਹੈ ਕਿ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਮੈਕਸੀਮਮ ਤੋਂ ਮੈਕਸੀਮਮ ਰੋਜ਼ਗਾਰ ਮਿਲਣ, ਐਮਪਲੋਇਮੈਂਟ ਅਪੋਰਚੁਨਿਟੀਜ਼ ਬਣਨ, ਪਲੱਸ ਸੈਲਫ ਐਮਪਲੋਇਮੈਂਟ ਜਿਹੜਾ ਸਵੈ ਰੋਜ਼ਗਾਰ ਹੁੰਦਾ ਹੈ ਉਹ ਬਣਨ। ਇਸ ਦੇ ਤਹਿਤ ਜ਼ਿਲ੍ਹਾ ਸੰਗਰੂਰ ਵਿੱਚੋਂ ਪੰਜਾਬ ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ ਦੇ ਵਿੱਚ ਇੱਕ ਪ੍ਰੋਜੈਕਟ ਦੀ ਅਸੀਂ ਸ਼ੁਰੂਆਤ ਕੀਤੀ ਹੈ। ਪਹਿਲ ਅਸੀਂ ਇਸ ਪ੍ਰੋਜੈਕਟ ਦਾ ਨਾਂ ਦਿੱਤਾ ਹੈਗਾ ਕਿਉਂਕਿ ਇਹ ਪੰਜਾਬੀ ਕੌਮ ਜਿਹੜੀ ਹੈਗੀ ਇਹ ਇੱਕ ਉੱਦਮੀ ਕੌਮ ਹੈ, ਇਹ ਔਂਟਰਪ੍ਰਨਰਸ਼ਿਪ ਦੀ ਕੌਮ ਹੈ, ਇਹ ਮਿਹਨਤੀ ਕੌਮ ਹੈ। ਪੰਜਾਬੀ ਆਪਣੀ ਲੈਂਡ ਦੇ ਨਾਲ ਕਾਫੀ ਜ਼ਿਆਦਾ ਅਟੈਚਡ ਨੇ, ਉਹ ਚਾਹੁੰਦੇ ਨੇ ਕਿ ਜਿਹੜਾ ਸਟੇਟ ਹੈ ਪੰਜਾਬ ਸਟੇਟ ਵਾਸਤੇ ਕੁਝ ਕਰਨ, ਇਸ ਕਰਕੇ ਅਸੀਂ ਇਸ ਪ੍ਰੋਜੈਕਟ ਪਹਿਲ ਦੀ ਸ਼ੁਰੂਆਤ ਕੀਤੀ ਹੈਗੀ, ਜਿਹਦੇ ਵਿੱਚ ਸਰਕਾਰ ਵੱਲੋਂ ਫਾਈਨੈਂਸਿੰਗ ਕੀਤੀ ਜਾਂਦੀ ਹੈ ਵੱਖ ਵੱਖ ਪ੍ਰੋਜੈਕਟਾਂ ਵਾਸਤੇ। ਜਿਵੇਂ ਕਿ ਅਸੀਂ ਕੁਝ ਪ੍ਰੋਜੈਕਟ ਵੀ ਸ਼ੁਰੂ ਕੀਤੇ ਹੈਗੇ, ਮਾਂਡਵੀ ਦੇ ਵਿੱਚੋਂ ਅਸੀਂ ਇੱਕ ਕੱਚੀ ਖਣੀ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਜਿਹਦੇ ਰਿਜ਼ਲਟਸ ਬਹੁਤ ਹੀ ਚੰਗੇ ਆ ਰਹੇ। ਸੈਲਫ ਐਮਪਲੋਇਮੈਂਟ ਹੈ ਵਿਮੈਨਸ ਦਾ, ਇਹਦੇ ਸੈਲਫ ਹੈਲਪ ਗਰੁੱਪ ਇਹਨਾਂ ਦਾ ਬਣਿਆ ਹੋਇਆ ਹੈਗਾ ਜਿਹਦੇ ਵਿੱਚ ਇਹ ਆਇਲ ਜਿਹੜਾ ਹੈਗਾ ਉਹ ਸਪਲਾਈ ਕਰ ਰਹੇ ਨੇ। ਸੋ ਪੰਜਾਬ ਸਰਕਾਰ ਦੇ ਵੱਲੋਂ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਜੋ ਇਹ ਉਪਰਾਲਾ ਕੀਤਾ ਗਿਆ ਉਸ ਦਾ ਲਾਹਾ ਇਹਨਾਂ ਮਹਿਲਾਵਾਂ ਦੇ ਵੱਲੋਂ ਵੀ ਖੂਬ ਲਿਆ ਜਾ ਰਿਹਾ ਤੇ ਉਹ ਆਪਣੇ ਆਪ ਨੂੰ ਪੈਰਾਂ ਤੇ ਖੜਾ ਕਰ ਰਹੀਆਂ ਨੇ। ਜਗਬਾਣੀ ਟੀਵੀ ਦੇ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ।